ਅਸੀਂ ਹੁਣ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਦਰਸ਼ਕ ਇਸ ਸਮੇਂ ਸਾਡੇ ਨਾਲ ਜੁੜੇ ਹੋਏ ਨੇ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਤੱਕ ਅਸੀਂ ਜਾਣਕਾਰੀ ਪਹੁੰਚਾ ਸਕੀਏ ਆਪਣਾ ਬਿੱਲ ਚੁੱਕ ਲਓ ਤੁਸੀਂ ਜਿਹੜਾ ਹੁਣ ਤੱਕ ਤੁਹਾਡੇ ਕੋਲ ਬਿੱਲ ਆਉਂਦਾ ਰਿਹਾ ਉਸ ਦੇ ਵਿੱਚ ਤੁਹਾਡਾ ਲੋਡ ਕਿੰਨਾ ਹੈ ਜੇ 2 ਕਿਲੋਵਾਟ ਤੱਕ ਲੋਡ ਹੈ ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿੰਨਾ ਅਸਰ ਤੁਹਾਡੇ ਉੱਤੇ ਪੈਣ ਜਾ ਰਿਹਾ ਹੈ ਜੇ ਤੁਹਾਡਾ ਲੋਡ 2 ਕਿਲੋਵਾਟ ਤੋਂ ਲੈ ਕੇ 7 ਕਿਲੋਵਾਟ ਤੱਕ ਹੈ ਤਾਂ ਉਹ ਵੀ ਤੁਹਾਨੂੰ ਅਸੀਂ ਸਮਝਾਉਣ ਜਾ ਰਹੇ ਹਾਂ ਕਿ ਕਿੰਨਾ ਲੋਡ ਤੁਹਾਡੇ ਉੱਤੇ ਪਏਗਾ ਖਰਚਾ ਤੁਹਾਡੇ ਉੱਤੇ ਜ਼ਿਆਦਾ ਕਿੰਨਾ ਪਏਗਾ ਪੁਆਇੰਟ ਨੰਬਰ 1 ਅਰਸ਼ ਬਹੁਤ ਤਫਸੀਲ ਦੇ ਨਾਲ ਦੱਸਣਾ ਪਏਗਾ ਥੋੜ੍ਹਾ ਜਿਹਾ ਟਾਈਮ ਜ਼ਰੂਰ ਲਵਾਂਗਾ ਪੁਆਇੰਟ ਨੰਬਰ 1 ਇਹ ਹੈ ਕਿ ਜੇਕਰ ਤੁਹਾਡਾ ਬਿੱਲ 300 ਯੂਨਿਟ ਤੋਂ ਹੇਠਾਂ ਹੁੰਦਾ ਹੈ ਤਾਂ ਬਿੱਲ ਪਹਿਲਾਂ ਦੀ ਤਰ੍ਹਾਂ ਜ਼ੀਰੋ ਹੋਏਗਾ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਹਾਂ ਜੇ ਤੁਹਾਡਾ ਬਿੱਲ 301 ਯੂਨਿਟ ਹੋ ਗਿਆ ਤਾਂ ਫਿਰ ਤੁਹਾਡੇ ਉੱਤੇ ਇਹ ਵਧੇ ਹੋਏ ਰੇਟ ਵੀ ਇੰਪਲੀਮੈਂਟ ਹੋ ਜਾਣਗੇ ਤੇ ਤੁਹਾਨੂੰ ਬਿੱਲ ਵੀ ਪੂਰਾ ਦੇਣਾ ਹੋਏਗਾ ਹੁਣ ਕਿੱਥੇ-ਕਿੱਥੇ ਰੇਟ ਵਧਿਆ ਤਾਂ ਪਹਿਲਾਂ ਜਿਹੜੇ ਡੋਮੈਸਟਿਕ ਸਪਲਾਈ ਹੈ ਯਾਨੀ ਕਿ ਜਿਹੜੀ ਆਪਣੀ ਘਰਾਂ ਦੇ ਵਿੱਚ ਸਪਲਾਈ ਹੁੰਦੀ ਹੈ ਜਿਹੜੇ 300 ਯੂਨਿਟ ਘਰਾਂ ਵਾਲਿਆਂ ਨੂੰ ਹੀ ਫ੍ਰੀ ਹੋਏ ਸੀ ਉਹਨਾਂ ਦੇ ਲਈ ਖਬਰ ਦੇ ਦਵਾਂ ਪਹਿਲਾਂ ਤਾਂ ਫਿਕਸ ਚਾਰजेस 15 ਰੁਪਏ ਪ੍ਰਤੀ ਕਿਲੋਵਾਟ ਵਧਾ ਦਿੱਤਾ ਗਿਆ ਹੈ ਇਹ ਚਾਹੇ 2 ਕਿਲੋਵਾਟ ਤੋਂ ਲੈ ਕੇ 4 ਕਿਲੋਵਾਟ ਤੱਕ ਹੋਏ 2 ਕਿਲੋਵਾਟ ਤੋਂ ਲੈ ਕੇ 7 ਕਿਲੋਵਾਟ ਤੱਕ ਹੋਏ 7 ਤੋਂ ਜ਼ਿਆਦਾ ਵਾਲੇ ਹੋਣ ਜਾਂ ਫਿਰ 0 ਤੋਂ 2 ਕਿਲੋਵਾਟ ਤੱਕ ਦਾ ਕਨੈਕਸ਼ਨ ਹੋਏ ਮਤਲਬ ਜੇਕਰ ਤੁਹਾਡਾ ਬਿੱਲ 2 ਕਿਲੋਵਾਟ ਤੱਕ ਦਾ ਹੈ ਉਸ ਦੇ ਉੱਪਰ ਲਿਖਿਆ ਹੁੰਦਾ ਹੈ ਦੇਖ ਲਿਓ ਪੜ੍ਹ ਲਿਓ ਨੋਟ ਕਰ ਲਓ ਚਾਹੇ ਤੁਸੀਂ ਇੱਕ ਵਾਰੀ ਜੇ 0 ਤੋਂ 2 ਕਿਲੋਵਾਟ ਤੱਕ ਦਾ ਤੁਹਾਡਾ ਕਨੈਕਸ਼ਨ ਹੈ ਤਾਂ ਤੁਹਾਨੂੰ 15 ਰੁਪਏ ਫਿਕਸ ਚਾਰजेस ਪਰ ਕਿਲੋਵਾਟ ਜ਼ਿਆਦਾ ਪੈਣਗੇ 30 ਰੁਪਏ ਹੋ ਗਏ ਉਹ ਨੋਟ ਕਰ ਲਓ ਜੇ ਤੁਹਾਡਾ 2 ਕਿਲੋਵਾਟ ਤੋਂ ਲੈ ਕੇ 7 ਕਿਲੋਵਾਟ ਤੱਕ ਹੈ ਫਰਜ਼ ਕਰ ਲਓ ਕਿ ਤੁਹਾਡਾ 5 ਕਿਲੋਵਾਟ ਦਾ ਕਨੈਕਸ਼ਨ ਹੈ ਤਾਂ ਤੁਹਾਨੂੰ 15 ਰੁਪਏ ਦੇ ਹਿਸਾਬ ਦੇ ਨਾਲ 15.75 ਰੁਪਏ ਐਕਸਟਰਾ ਪੈਣਗੇ ਹਰ ਬਿੱਲ ਦੇ ਵਿੱਚ ਹਰ ਮਹੀਨੇ ਉਸ ਤੋਂ ਬਾਅਦ ਹੁਣ ਆਉਂਦੇ ਆਪਾਂ ਰੇਟ ਦੇ ਉੱਤੇ ਰੇਟ ਪਹਿਲਾਂ ਆਪਾਂ 0 ਤੋਂ 2 ਕਿਲੋਵਾਟ ਤੱਕ ਦੇ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਦੇ ਲਈ ਦੱਸਦੇ ਹਾਂ ਕਿ ਉਹਨਾਂ ਦਾ ਕੀ ਫਰਕ ਪਏਗਾ ਜੇਕਰ ਤੁਹਾਡਾ 0 ਤੋਂ 2 ਕਿਲੋਵਾਟ ਤੱਕ ਦਾ ਕਨੈਕਸ਼ਨ ਹੈ ਔਰ ਤੁਹਾਡਾ ਬਿੱਲ ਮੀਟਰ ਯੂਨਿਟਾਂ ਫੂਕਦਾ ਹੈ 1 ਮਹੀਨੇ ਦੇ ਵਿੱਚ 300 ਤਾਂ ਤੁਹਾਡਾ ਬਿੱਲ 0 ਜੇ ਤੁਹਾਡੀਆਂ ਯੂਨਿਟਸ ਫੂਕੀਆਂ 400 ਤਾਂ ਹੁਣ ਉਸ ਦੇ ਉੱਤੇ ਕਿਵੇਂ ਫਰਕ ਪਏਗਾ ਉਹ ਮੈਂ ਤੁਹਾਨੂੰ ਦੱਸਦਾ ਅਸੀਂ ਕੈਲਕੂਲੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਦਾ ਤੁਹਾਡਾ ਅਸਰ ਪਏਗਾ ਪਹਿਲੀਆਂ 100 ਯੂਨਿਟਸ ਦੇ ਉੱਤੇ 70 ਪੈਸੇ ਦੇ ਹਿਸਾਬ ਦੇ ਨਾਲ 70 ਰੁਪਏ 70 ਰੁਪਏ ਇੱਕ ਨੋਟ ਕਰ ਲਓ ਉਸ ਤੋਂ ਬਾਅਦ 101 ਤੋਂ ਲੈ ਕੇ 300 ਯੂਨਿਟ ਤੱਕ 200 ਯੂਨਿਟਸ ਨੇ ਉੱਥੇ 80 ਪੈਸੇ ਦੇ ਹਿਸਾਬ ਦੇ ਨਾਲ ਪ੍ਰਤੀ ਯੂਨਿਟ ਫਰਕ ਪਏਗਾ ਯਾਨੀ ਕਿ 200 ਯੂਨਿਟ ਦਾ 160 ਰੁਪਏ ਐਕਸਟਰਾ ਦੇਣੇ ਹੋਣਗੇ ਉਸ ਤੋਂ ਬਾਅਦ ਜੇ 300 ਤੋਂ ਲੈ ਕੇ 400 ਯੂਨਿਟ ਫੁਕੀ ਹੈ ਆਪਾਂ ਫਰਜ਼ ਇੱਕ ਨੰਬਰ ਲੈ ਰਹੇ ਹਾਂ ਅਰਸ਼ ਜੇ 400 ਯੂਨਿਟ ਤੱਕ ਤੁਹਾਡੀ ਬਿਜਲੀ ਕੰਜ਼ਿਊਮ ਹੋਈ ਹੈ ਤਾਂ 300 ਤੋਂ 400 ਵਾਲੀ ਜਿਹੜੀ ਯੂਨਿਟ ਹੈ ਉਹ 45 ਪੈਸੇ ਐਕਸਟਰਾ ਦੇਣੇ ਪੈਣਗੇ ਪਰ ਯੂਨਿਟ ਮਤਲਬ 45 ਰੁਪਏ 100 ਯੂਨਿਟ ਦੇ ਹੋ ਗਏ ਮੈਂ ਜਿਹੜੀ ਫਿਗਰ ਤੁਹਾਨੂੰ ਦੱਸ ਰਹੇ ਹਾਂ ਜਿਹੜੀ ਆਲਰੇਡੀ ਚਾਰजेस ਸੀ ਉਹ ਤਾਂ ਹੈ ਹੀ ਹੈ ਇਹ 45 ਪੈਸੇ 70 ਪੈਸੇ 80 ਪੈਸੇ ਜ਼ਿਆਦਾ ਹੋਣਗੇ ਹੁਣ 0 ਤੋਂ 2 ਕਿਲੋਵਾਟ ਤੱਕ ਜੇਕਰ ਤੁਹਾਡਾ ਕਨੈਕਸ਼ਨ ਹੈ ਤਾਂ ਪਹਿਲੇ 100 ਯੂਨਿਟ ਦੇ ਲਈ 70 ਰੁਪਏ ਅਗਲੇ 200 ਯੂਨਿਟ ਦੇ ਲਈ 160 ਰੁਪਏ ਤੇ ਅਗਲੇ 100 ਯੂਨਿਟ ਦੇ ਲਈ 45 ਰੁਪਏ ਐਕਸਟਰਾ ਦੇਣੇ ਹੋਣਗੇ ਇਹਨੂੰ ਟੋਟਲ ਕਰੀਏ ਤਾਂ ਆਪਾਂ ਇਹ ਬਣਦੇ ਨੇ ਕਰੀਬ-ਕਰੀਬ 275 ਰੁਪਏ ਪ੍ਰਤੀ ਮਹੀਨਾ ਉਸ ਤੋਂ ਬਾਅਦ ਜਿਹੜੇ 30 ਰੁਪਏ ਤੁਹਾਨੂੰ ਐਕਸਟਰਾ ਦੇਣੇ ਪੈ ਰਹੇ ਨੇ ਜਿਹੜੇ ਫਿਕਸ ਚਾਰजेस ਦੇ ਰੂਪ ਦੇ ਵਿੱਚ ਯਾਨੀ ਕਿ 305 ਰੁਪਏ ਪ੍ਰਤੀ ਮਹੀਨਾ ਤੁਹਾਨੂੰ ਜ਼ਿਆਦਾ ਦੇਣੇ ਹੋਣਗੇ ਜੇ ਤੁਸੀਂ 400 ਯੂਨਿਟ ਫੂਕਦੇ ਹੋ ਔਰ ਤੁਹਾਡਾ ਕਨੈਕਸ਼ਨ 2 ਕਿਲੋਵਾਟ ਤੱਕ ਦਾ ਹੈਗਾ ਹੈ ਹੁਣ ਅੱਗੇ ਆ ਜੰਨੇ ਆਪਾਂ ਮੈਂ ਵਾਰ-ਵਾਰ ਕਹਿ ਰਿਹਾ ਕਿ ਜੇ 300 ਯੂਨਿਟ ਤੱਕ ਹੈ ਤਾਂ ਫਿਰ ਬੇਫਿਕਰ ਹੋ ਜਾਓ ਫਿਰ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਪੈਣਾ ਹੁਣ ਉਸ ਤੋਂ ਬਾਅਦ ਆਣਾ 2 ਕਿਲੋਵਾਟ ਤੋਂ ਲੈ ਕੇ 7 ਕਿਲੋਵਾਟ ਤੱਕ ਇਹ ਬਹੁਤ ਇੰਪੋਰਟੈਂਟ ਕੈਟਾਗਰੀ ਹੈ ਅਰਸ਼ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਜਿਹੜੇ ਜ਼ਿਆਦਾਤਰ ਏਸੀ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਏਸੀ ਲੱਗੇ ਹੁੰਦੇ ਨੇ ਉਹ 2 ਕਿਲੋਵਾਟ ਤੋਂ ਉੱਪਰ ਹੋ ਜਾਂਦਾ ਹੈ 7 ਕਿਲੋਵਾਟ ਦੇ ਆਸ-ਪਾਸ ਪਹੁੰਚ ਜਾਂਦਾ ਹੈ ਉਹਨਾਂ ਦਾ ਮੀਟਰ ਦਾ ਲੋਡ ਜੇਕਰ ਤੁਹਾਡਾ 3 ਕਿਲੋਵਾਟ ਹੈ 4 ਕਿਲੋਵਾਟ ਹੈ 5 ਕਿਲੋਵਾਟ ਹੈ 6 ਕਿਲੋਵਾਟ ਹੈ 7 ਕਿਲੋਵਾਟ ਹੈ ਤਾਂ 2 ਤੋਂ ਲੈ ਕੇ 7 ਕਿਲੋਵਾਟ ਤੱਕ ਦੀ ਕੈਟਾਗਰੀ ਦੇ ਵਿੱਚ ਤੁਸੀਂ ਵੀ ਆਉਂਦੇ ਹੋ ਤਾਂ ਜੇਕਰ ਫਰਜ਼ ਕਰ ਲਓ ਕਿ ਤੁਹਾਡਾ 5 ਕਿਲੋਵਾਟ ਲੋਡ ਹੈ ਤੁਸੀਂ ਆਪਣੇ ਘਰ 'ਚ 1 ਜਾਂ 2 ਏਸੀ ਲਗਾਏ ਹੋਏ ਨੇ ਫਿਰ 300 ਯੂਨਿਟ ਤਾਂ ਫੁਕਣੇ ਹੀ ਫੁਕਣੇ ਆ ਉਸ ਤਾਂ ਉਸ ਨੂੰ ਲੈ ਕੇ ਤੁਸੀਂ ਬੇਫਿਕਰ ਰਹੋ ਕਿ ਔਖਾ ਹੀ ਆ ਬਚਾਉਣੇ ਤਾਂ ਉਸ ਦੇ ਉੱਤੇ ਵੀ ਸਿੰਪਲ ਤੇ ਸੇਮ ਇੰਪਲੀਮੈਂਟ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਫਰਜ਼ ਕਰ ਲਓ ਕਿ ਤੁਹਾਡਾ ਹੈਗਾ 5 ਕਿਲੋਵਾਟ ਦਾ ਕਨੈਕਸ਼ਨ ਤਾਂ ਤੁਹਾਨੂੰ ਪਹਿਲੀਆਂ 100 ਯੂਨਿਟ ਮੈਂ 400 ਯੂਨਿਟ ਦਾ ਇੱਕ ਵਾਰੀ ਤੁਹਾਨੂੰ ਰਾਉਂਡ ਫਿਗਰ ਦੱਸ ਰਿਹਾ ਉਸ ਤੋਂ ਬਾਅਦ ਆਪਾਂ ਅੱਗੇ ਕੈਲਕੂਲੇਟ ਕਰ ਸਕਦੇ ਹਾਂ ਕਿ ਜੇ ਪਹਿਲੀਆਂ 100 ਯੂਨਿਟ ਦੇ ਉੱਤੇ ਤੁਹਾਨੂੰ 70 ਰੁਪਏ ਫਾਲਤੂ ਦੇਣੇ ਹੋਣਗੇ ਅਗਲੀਆਂ 100 ਤੋਂ 200 ਯੂਨਿਟਾਂ ਜਿਹੜੀਆਂ 100 ਤੋਂ 300 ਯੂਨਿਟਸ ਨੇ 200 ਯੂਨਿਟ ਦਾ 80 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ 160 ਰੁਪਏ ਦੇਣੇ ਹੋਣਗੇ ਉਸ ਤੋਂ ਬਾਅਦ 300 ਤੋਂ ਲੈ ਕੇ 400 ਤੱਕ ਦੇ 45 ਰੁਪਏ ਹੁਣ ਜੇ ਤੁਹਾਡੀ 300 ਤੋਂ 500 ਯੂਨਿਟ 200 ਯੂਨਿਟ ਹੋਰ ਫੁੱਕ ਗਈ 300 ਤੋਂ ਵੱਧ ਤਾਂ 90 ਰੁਪਏ ਫਾਲਤੂ ਜੇਕਰ ਹੁਣ ਤੁਹਾਡੇ ਉਸ ਤੋਂ ਵੀ ਜ਼ਿਆਦਾ 600 700 ਯੂਨਿਟ ਫੁੱਕਦੀਆਂ ਰਹੀਆਂ ਤਾਂ ਫਿਰ ਕੈਲਕੂਲੇਟ ਕਰਦੇ ਰਹੋ 45 ਪੈਸੇ ਦੇ ਹਿਸਾਬ ਦੇ ਨਾਲ ਤੁਹਾਡਾ ਬਿੱਲ ਜ਼ਿਆਦਾ ਆਏਗਾ ਹੁਣ ਇਹਨੂੰ ਆਪਾਂ ਟੋਟਲ ਕਰ ਲਈਏ ਤਾਂ ਜੇ 400 ਯੂਨਿਟ ਦਾ ਮੈਂ ਬਿੱਲ ਬਣਾਵਾਂ
ਤਾਂ 275 ਰੁਪਏ ਫਾਲਤੂ ਹੋ ਗਏ ਜਿਵੇਂ 0 ਤੋਂ 2 ਕਿਲੋ ਵਾਟ ਤੱਕ ਦੇ ਸੀ ਉਸੇ ਤਰੀਕੇ ਨਾਲ 2 ਕਿਲੋ ਵਾਟ ਤੋਂ 7 ਕਿਲੋ ਵਾਟ ਤੱਕ ਹੈ ਪਰ ਇੱਥੇ ਫਰਕ ਕੀ ਹੈ ਇੱਥੇ ਫਰਕ ਹੈ ਕਿ ਜਿਨ੍ਹਾਂ ਦੇ ਚਾਰजेस ਵੱਧ ਲੱਗਣਗੇ ਫਿਕਸ ਵਾਲੇ ਜੇ ਤੁਹਾਡਾ 5 ਕਿਲੋ ਵਾਟ ਦਾ ਕਨੈਕਸ਼ਨ ਹੈ ਤਾਂ 75 ਰੁਪਏ ਤੁਹਾਡੇ ਫਾਲਤੂ ਲੱਗਣਗੇ ਪਹਿਲਾਂ ਤੁਹਾਡੇ ਫਿਕਸ ਚਾਰजेस ਕਿੰਨੇ ਸੀ 60 ਰੁਪਏ ਪ੍ਰਤੀ ਕਿਲੋ ਵਾਟ ਤੇ ਹੁਣ 75 ਰੁਪਏ ਉਸ ਨੂੰ ਕਰ ਦਿੱਤਾ ਗਿਆ ਯਾਨੀ ਕਿ 15 ਰੁਪਏ ਪ੍ਰਤੀ ਕਿਲੋ ਵਾਟ ਵਧਾ ਦਿੱਤਾ ਗਿਆ ਜੇ 5 ਕਿਲੋ ਵਾਟ ਦਾ ਕਨੈਕਸ਼ਨ ਹੈ ਤਾਂ ਤੁਹਾਨੂੰ 75 ਰੁਪਏ ਫਾਲਤੂ ਦੇਣੇ ਹੋਣਗੇ ਜੇ 75 ਰੁਪਏ ਫਾਲਤੂ ਜਾ ਰਹੇ ਨੇ ਜਾਂ 4 ਕਿਲੋ ਵਾਟ ਦੇ ਉੱਤੇ 60 ਰੁਪਏ ਫਾਲਤੂ ਜਾ ਰਹੇ ਨੇ ਤਾਂ 335 ਰੁਪਏ ਤੁਹਾਡਾ ਬਿੱਲ ਜ਼ਿਆਦਾ ਹੋ ਗਿਆ ਹੁਣ ਇੱਕ ਹੋਰ ਚੀਜ਼ ਬਹੁਤ ਇੰਪੋਰਟੈਂਟ ਹੈ ਕਿ ਜੇਕਰ ਤੁਹਾਡੇ 2 ਮਹੀਨਿਆਂ ਦੇ ਵਿੱਚ 800 ਯੂਨਿਟ ਫੁੱਕ ਰਹੇ ਨੇ ਧਿਆਨ ਦੇਣ ਵਾਲੀ ਗੱਲ ਹੈ ਔਰ ਤੁਹਾਡਾ ਕਨੈਕਸ਼ਨ 2 ਤੋਂ 7 ਕਿਲੋ ਵਾਟ ਤੱਕ ਹੈ 400 ਯੂਨਿਟ ਯਾਨੀ 2 ਮਹੀਨਿਆਂ 'ਚ 800 ਯੂਨਿਟ ਬਿੱਲ ਆਪਣਾ 2 ਮਹੀਨਿਆਂ ਦਾ ਹੁੰਦਾ ਹੈ 800 ਯੂਨਿਟ ਹੋ ਗਏ ਤਾਂ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਕਰੀਬ-ਕਰੀਬ 700 ਰੁਪਏ ਤੁਹਾਡਾ ਬਿੱਲ ਪਿਛਲੀ ਵਾਰ ਦੇ ਨਾਲੋਂ ਜ਼ਿਆਦਾ ਆਏਗਾ ਜੇ 800 ਯੂਨਿਟ ਦਾ ਪਿਛਲੀ ਵਾਰ ਤੁਹਾਡਾ ਬਿੱਲ ਫਰਜ਼ ਕਰ ਲਓ ਕਿ 4000 ਰੁਪਏ ਆਇਆ ਸੀ ਤਾਂ ਇਸ ਵਾਰ ਉਹ 4700 ਰੁਪਏ ਦੇ ਨੇੜੇ ਆਏਗਾ ਜਿਹੜੇ ਮੈਂ 70 ਰੁਪਏ 80 ਰੁਪਏ 80 ਪੈਸੇ ਦਾ ਜ਼ਿਕਰ ਕਰ ਰਹੇ ਜਿਹੜੇ ਇਸ ਦੇ ਉੱਤੇ ਆਕਟਰਾਈ ਲੱਗਦੀ ਹੈ ਜਾਂ ਜਿਹੜਾ ਟੈਕਸ ਲੱਗਦਾ ਉਹ ਵੱਖਰਾ ਹੁੰਦਾ ਹੈ ਉਹ ਵੀ ਐਡ ਹੋਏਗਾ ਹੁਣ ਤੱਕ ਜਿਹੜਾ ਅਸੀਂ ਤੁਹਾਨੂੰ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਚਾਰजेस ਦੱਸ ਰਹੇ ਹਾਂ ਇਹ ਤਾਂ ਹੋ ਗਈ ਡੋਮੈਸਟਿਕ ਦੀ ਗੱਲ ਉਸ ਤੋਂ ਬਾਅਦ ਜਿਹੜੇ ਦੁਕਾਨਾਂ ਦੇ ਵਿੱਚ ਇਸ ਸਮੇਂ ਬੈਠ ਕੇ ਲੋਕ ਸਾਨੂੰ ਸੁਣ ਰਹੇ ਨੇ ਉਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਕੀ ਸਾਡੇ ਉੱਤੇ ਵੀ ਅਸਰ ਨਜ਼ਰ ਆਏਗਾ ਤਾਂ ਜੇਕਰ ਤੁਸੀਂ ਕਿਸੇ ਦੁਕਾਨ ਦੇ ਵਿੱਚ ਕੋਈ ਡੋਮੈਸਟਿਕ ਤੋਂ ਅਲੱਗ ਨਾਨ ਰੈਜ਼ੀਡੈਂਸ਼ੀਅਲ ਤੁਸੀਂ ਸਪਲਾਈ ਜਾਂ ਮੀਟਰ ਲਗਵਾਇਆ ਹੋਇਆ ਹੈ ਤੇ ਤੁਹਾਡਾ ਕਨੈਕਸ਼ਨ ਕਰੀਬ 7 ਕਿਲੋ ਵਾਟ ਤੱਕ ਹੈ 0 ਤੋਂ ਲੈ ਕੇ 7 ਕਿਲੋ ਵਾਟ ਤੱਕ ਜੇਕਰ ਤੁਹਾਡਾ ਹੈਗਾ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੁਕਾਨਦਾਰ ਜਾਂ ਛੋਟੀਆਂ ਦੁਕਾਨਾਂ ਵੱਡੀਆਂ ਦੁਕਾਨਾਂ ਹੋਣਗੀਆਂ ਉੱਥੇ 7 ਕਿਲੋ ਵਾਟ ਬਹੁਤ ਜ਼ਿਆਦਾ ਹੁੰਦਾ ਹੈ ਉੱਥੇ ਤੱਕ ਹੀ ਕਨੈਕਸ਼ਨ ਆਮ ਤੌਰ ਤੇ ਹੁੰਦੇ ਨੇ ਤਾਂ ਉਹਨਾਂ ਦੇ ਲਈ ਖਬਰ ਇਹ ਹੈ ਕਿ ਜੇਕਰ ਤੁਸੀਂ 500 ਯੂਨਿਟ ਤੱਕ ਬਿਜਲੀ ਕੰਜ਼ਿਊਮ ਕੀਤੀ ਹਰ ਮਹੀਨੇ 0 ਤੋਂ ਲੈ ਕੇ 500 ਤੱਕ ਫਿਰ ਤੁਹਾਨੂੰ ਕੋਈ ਵੀ ਚਾਰजेस ਫਾਲਤੂ ਨਹੀਂ ਦੇਣੇ ਪੈਣਗੇ ਮੈਂ ਰਿਪੀਟ ਕਰ ਰਿਹਾ ਡੋਮੈਸਟਿਕ ਨਹੀਂ ਨਾਨ ਰੈਜ਼ੀਡੈਂਸ਼ੀਅਲ ਯਾਨੀ ਕਿ ਜਿਹੜੀਆਂ ਦੁਕਾਨਾਂ ਦੇ ਵਿੱਚ ਜਾਂ ਹੋਰ ਅਦਾਰੇ ਹੁੰਦੇ ਨੇ ਉੱਥੇ ਬਿਜਲੀ ਦੀ ਮੀਟਰ ਜਾਂ ਸਪਲਾਈ ਹੁੰਦੀ ਹੈ ਜੇਕਰ ਤੁਹਾਡਾ ਬਿਜਲੀ ਦਾ ਕਨੈਕਸ਼ਨ 7 ਕਿਲੋ ਵਾਟ ਤੱਕ ਹੈ ਤਾਂ ਤੁਹਾਨੂੰ 500 ਯੂਨਿਟ ਤੱਕ ਕੋਈ ਵੀ ਫਾਲਤੂ ਪੈਸਾ ਨਹੀਂ ਦੇਣਾ ਹੋਏਗਾ ਪੁਰਾਣਾ ਬਿੱਲ ਦੀ ਤਰ੍ਹਾਂ ਹੀ ਆਏਗਾ 500 ਯੂਨਿਟ ਤੋਂ ਜ਼ਿਆਦਾ ਜੇਕਰ ਤੁਹਾਡਾ ਬਿੱਲ ਬਣਦਾ ਹੈ ਤਾਂ ਫਿਰ ਕਰੀਬ-ਕਰੀਬ ਤੁਹਾਨੂੰ ਮੇਰੇ ਕੋਲ ਜਿਹੜਾ ਇਸ ਸਮੇਂ ਨਵਾਂ ਪਹੁੰਚਿਆ ਹੋਇਆ ਉਸ ਦੇ ਮੁਤਾਬਿਕ 45 ਪੈਸੇ ਤੁਹਾਨੂੰ ਪ੍ਰਤੀ ਯੂਨਿਟ ਦੇਣੇ ਹੋਣਗੇ ਯਾਨੀ ਕਿ ਜੇਕਰ ਤੁਹਾਡੀਆਂ 600 ਯੂਨਿਟਸ ਲੱਗੀਆਂ ਤਾਂ 600 ਯੂਨਿਟਸ ਦੇ ਵਿੱਚ 500 ਤਾਂ ਪੁਰਾਣਾ ਵਾਲਾ ਬਿੱਲ ਆ ਜਾਏਗਾ ਔਰ 500 ਤੋਂ ਲੈ ਕੇ 600 ਜਿਹੜੀਆਂ ਉੱਪਰ ਵਾਲੀਆਂ 100 ਯੂਨਿਟਸ ਨੇ ਉਸ ਦੇ 45 ਰੁਪਏ ਫਾਲਤੂ ਦੇਣੇ ਹੋਣਗੇ 700 ਯੂਨਿਟ ਹੋਈਆਂ ਤਾਂ ਤੁਹਾਨੂੰ 90 ਰੁਪਏ ਫਾਲਤੂ ਦੇਣੇ ਹੋਣਗੇ ਟੈਕਸਿਸ ਅਲੱਗ ਨੇ ਤਾਂ ਇਸ ਤਰੀਕੇ ਨਾਲ ਜਿਹੜੇ ਡੋਮੈਸਟਿਕ ਸਪਲਾਈ ਵਾਲੇ ਆ ਉਹਨਾਂ ਦੇ ਲਈ ਥੋੜੀ ਜਿਹੀ ਰਾਹਤ ਦੀ ਖਬਰ ਜ਼ਰੂਰ ਹੈ ਅਰਸ਼ ਬਿਲਕੁਲ ਸੋ 0 ਤੋਂ ਲੈ ਕੇ 100 ਯੂਨਿਟ ਤੱਕ 70 ਪੈਸੇ ਫੀ ਯੂਨਿਟ ਜਿਹੜਾ ਹੈਗਾ ਉਹ ਵਾਧੂ ਦੇਣੇ ਹੋਣਗੇ 80 ਪੈਸੇ ਫੀ ਯੂਨਿਟ 101 ਤੋਂ 300 ਯੂਨਿਟ ਤੱਕ ਔਰ 300 ਤੋਂ ਉੱਪਰ ਜਿਹੜੇ ਯੂਨਿਟ ਨੇ ਉਹਨਾਂ ਲਈ 45 ਪੈਸੇ ਫੀ ਯੂਨਿਟ ਤੱਕ ਦਾ ਵਾਧਾ ਕਰ ਦਿੱਤਾ ਗਿਆ ਪੰਜਾਬ ਵਿੱਚ ਫਿਲਹਾਲ 600 ਯੂਨਿਟ ਬਿਜਲੀ ਫ੍ਰੀ ਹੈ ਮੇਰੇ ਸਹਿਯੋਗੀ ਗੌਰਵ ਤੁਹਾਨੂੰ ਦੱਸ ਰਹੇ ਸੀਗੇ ਨਿਊਜ਼ ਰੂਮ ਤੋਂ ਪੂਰਾ ਇਹ ਗਣਿਤ ਸਮਝਾ ਰਹੇ ਸੀਗੇ ਕਿ ਆਖਿਰ ਕਿਵੇਂ ਹੋਵੇਗਾ ਕੀ ਕੁਛ ਇੰਪੈਕਟ ਇਸ ਦਾ ਪੈਣ ਵਾਲਾ ਹੈ ਤੁਹਾਡਾ ਜਿਹੜਾ ਬਜਟ ਹੈਗਾ ਜੇਕਰ ਤੁਸੀਂ ਵੈਸੇ ਤਾਂ ਸਰਕਾਰ ਇਹ ਦਾਅਵਾ ਕਰਦੀ ਹੈ ਕਿ 87% ਲੋਕਾਂ ਦੇ ਘਰ ਦਾ ਬਿਜਲੀ ਦਾ ਬਿੱਲ 0 ਆਉਂਦਾ ਔਰ ਸਰਕਾਰ ਇਸ ਐਲਾਨ ਤੋਂ ਬਾਅਦ ਵੀ ਇਹ ਜਿਹੜਾ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਉਸ ਦੇ ਬਾਅਦ ਵੀ ਮੁੱਖ ਮੰਤਰੀ ਨੇ ਇੱਕ ਟਵੀਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਵਧੀਆਂ ਹੋਈਆਂ ਕੀਮਤਾਂ ਨੇ ਉਸ ਦਾ ਬੋਝ ਲੋਕਾਂ ਦੇ ਉੱਤੇ ਨਹੀਂ ਪਵੇਗਾ ਸਰਕਾਰ ਉਸ ਨੂੰ ਪੇ ਕਰੇਗੀ ਔਰ ਜਿਹੜੀ ਫ੍ਰੀ ਯੂਨਿਟ ਸੀਗੀਆਂ ਉਹ ਜਾਰੀ ਰਹਿਣਗੀਆਂ ਕੱਲ ਤੋਂ ਇਹ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ ਪਰ ਪੈਰਲਲ ਨਾਲ ਦੀ ਨਾਲ ਜਿਹੜਾ ਮੁੱਖ ਮੰਤਰੀ ਦੇ ਵੱਲੋਂ ਐਲਾਨ ਕੀਤਾ ਗਿਆ ਸੋ ਉਸ ਦਾ ਆਮ ਲੋਕਾਂ ਤੇ ਬੋਝ ਕੋਈ ਨਹੀਂ ਪਵੇਗਾ ਇਹ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਹੈ 600 ਯੂਨਿਟ ਵਾਲੀ ਯੋਜਨਾ ਦੇ ਇੱਕ ਵੀ ਮੀਟਰ ਤੇ ਅਸਰ ਨਹੀਂ ਪਵੇਗਾ ਯਾਨੀ 87% ਲੋਕ ਜਿਨ੍ਹਾਂ ਦੇ ਬਾਰੇ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਉਹਨਾਂ ਦੇ ਘਰ ਦਾ ਬਿਜਲੀ ਦਾ ਬਿੱਲ 0 ਆਉਂਦਾ ਹੈ ਉਹ 0 ਬਿੱਲ ਲਗਾਤਾਰ ਜਾਰੀ ਰਹੇਗਾ ਕੰਟੀਨਿਊ ਰਹੇਗਾ ਕੱਲ ਤੋਂ ਬੇਸ਼ੱਕ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ ਪਰ ਵਧੀਆਂ ਹੋਈਆਂ ਦਰਾਂ ਜਿਹੜੀਆਂ ਨੇ ਉਸ ਦਾ ਬੋਝ ਜਿਹੜਾ ਹੈਗਾ ਉਹ ਸਰਕਾਰ ਆਪਣੇ ਮੋਢੇ ਤੇ ਲਵੇਗੀ ਤੇ ਸਰਕਾਰ ਉਸ ਨੂੰ ਅਦਾ ਕਰੇਗੀ ਗਣਿਤ ਤੁਹਾਨੂੰ ਸਮਝਾਇਆ ਕਿ ਕਿਸ ਤਰੀਕੇ ਇਹ ਜਿਹੜਾ ਯੂਨਿਟਸ ਹੈਗੀਆਂ ਨੇ ਯੂਨਿਟ ਵਾਈਜ਼ ਜਿਹੜੀ 0 ਤੋਂ 100 ਤੱਕ 101 ਤੋਂ ਲੈ ਕੇ ਅੱਗੇ 200 ਤੱਕ 200 ਤੋਂ 300 ਤੱਕ 300 ਤੋਂ ਜ਼ਿਆਦਾ ਯੂਨਿਟ ਤੱਕ ਕਿਸ ਤਰੀਕੇ ਗਣਿਤ ਕੰਮ ਕਰਦਾ ਹੈ ਇਹ ਵੀ ਤੁਹਾਨੂੰ ਦੱਸ ਰਹੇ ਸੀਗੇ ਗੌਰਵ ਲਗਾਤਾਰ ਮੇਰੇ ਨਾਲ ਮੌਜੂਦ ਨੇ ਨਿਊਜ਼ ਰੂਮ ਤੋਂ ਗੌਰਵ ਜਿਹੜਾ ਮੁੱਖ ਮੰਤਰੀ ਦਾ ਐਲਾਨ ਆਇਆ ਸੀ ਉਹ ਵੀ ਦਿਖਾ ਰਹੇ ਹਾਂ ਕਿ ਇਸ ਨੂੰ ਇਸ ਤਰੀਕੇ ਅਸੀਂ ਸਮਝੀਏ ਕਿ ਇੱਕ ਪਾਸੇ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਨੇ ਦਰਾਂ ਵਧਾ ਦਿੱਤੀਆਂ ਔਰ ਦੂਜੇ ਪਾਸੇ ਨਾਲ ਦੀ ਨਾਲ ਉਸ ਨੂੰ ਪੈਚਅਪ ਕਰ ਦਿੱਤਾ ਗਿਆ ਜਾਂ ਉਸ ਨੂੰ ਇਹ ਕਹਿ ਲਿਆ ਜਾਵੇ ਕਿ ਮੱਲਮ ਵੀ ਲਾ ਦਿੱਤਾ ਗਿਆ ਮੁੱਖ ਮੰਤਰੀ ਦੇ ਵੱਲੋਂ ਕਿ ਵਾਅਦਾ ਹੋ ਗਿਆ ਠੀਕ ਹੈ ਪਰ ਵਾਅਦਾ ਸਰਕਾਰ ਦੇ ਦੇਵੇਗੀ ਤੁਹਾਡੇ ਉੱਤੇ ਕੋਈ ਬੋਝ ਨਹੀਂ ਪਵੇਗਾ ਗੌਰਵ ਜਿਹੜਾ
ਜਿਹੜਾ ਵਾਧਾ ਹੋਇਆ ਉਹੀ ਸਰਕਾਰ ਪੇ ਕਰੇਗੀ ਸਬਸਿਡੀ ਦੇ ਰੂਪ ਦੇ ਵਿੱਚ ਦੇਗੀ ਆ ਜਿਹੜੇ 300 ਯੂਨਿਟ ਤੱਕ ਲੋਕ ਕੰਜ਼ਿਊਮ ਕਰਦੇ ਨੇ ਦੇਖੋ ਇਹ ਆਟੋਮੈਟਿਕਲੀ ਹੋ ਜਾਏਗਾ ਕਿ ਜੇਕਰ ਗਗਨ ਆਪਾਂ ਦੇਖੀਏ ਕਿ 300 ਯੂਨਿਟ ਤੱਕ ਜੇਕਰ ਸਰਕਾਰ ਫ੍ਰੀ ਦੇ ਰਹੀ ਹੈ ਹੁਣ ਜਿਹੜੀ 300 ਯੂਨਿਟ ਮੈਂ ਬਿਲਕੁਲ ਸਟਾਰਟਿੰਗ ਗੱਲ ਕਰਾਂ ਤਾਂ ਕਰੀਬ-ਕਰੀਬ ਹੁਣ 4 ਰੁਪਏ 19 ਪੈਸੇ ਪ੍ਰਤੀ ਯੂਨਿਟ ਹੈ ਔਰ 70 ਰੁਪਏ 75 ਪੈਸੇ ਤੱਕ ਉਸ ਦਾ ਰੇਟ ਹੈ ਜਿਹੜਾ ਮਿਨਿਮਮ 2 ਕਿਲੋਵਾਟ ਤੱਕ ਦਾ ਹੈ ਤਾਂ ਜੇਕਰ 300 ਯੂਨਿਟ ਫ੍ਰੀ ਵਾਲੇ ਪੂਰੇ ਪਲਾਨ ਨੂੰ ਲਾਗੂ ਰੱਖਦੀ ਹੈ ਸਰਕਾਰ ਜੋ ਮੁੱਖ ਮੰਤਰੀ ਨੇ ਐਲਾਨ ਵੀ ਕਰ ਦਿੱਤਾ ਤਾਂ ਉਸਦਾ ਸਿੱਧਾ ਜਿਹਾ ਮਤਲਬ ਹੋਏਗਾ ਕਿ ਹੁਣ ਚਾਹੇ ਰੇਟ ਵੱਧਦਾ ਜਿੰਨਾ ਮਰਜ਼ੀ ਹੋ ਜਾਵੇ 300 ਯੂਨਿਟਾਂ ਤੱਕ ਤਾਂ ਤੁਹਾਨੂੰ ਬਿਜਲੀ ਦੇ ਬਿੱਲ ਨੂੰ ਲੈ ਕੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਜੇ ਉਸ ਤੋਂ ਜ਼ਿਆਦਾ ਵੱਧ ਜਾਂਦਾ ਫਿਰ ਤੁਹਾਨੂੰ ਜ਼ਰੂਰ ਸੋਚਣ ਦੀ ਜ਼ਰੂਰਤ ਹੈ ਕਿ ਹਾਂ ਕਿਸ ਤਰੀਕੇ ਨਾਲ ਆਪਾਂ ਰੇਟਾਂ ਦੇ ਉੱਤੇ ਕਰੀਏ ਮੈਂ ਡੋਮੈਸਟਿਕ ਤੋਂ ਜਿਹੜੇ ਇਲਾਵਾ ਦੁਕਾਨਦਾਰ ਜਾਂ ਨੋਨ ਰੈਜ਼ੀਡੈਂਸ਼ੀਅਲ ਸਪਲਾਈ ਵਾਲਿਆਂ ਬਾਰੇ ਇੱਕ ਵਾਰੀ ਫਿਰ ਤੋਂ ਕਲੀਅਰ ਕਰ ਦਵਾਂ ਕਿ ਜਿਨ੍ਹਾਂ ਦੇ ਜਿਹੜੇ ਲੋਡ ਹੈਗੇ ਨੇ 0 ਤੋਂ 7 ਕਿਲੋਵਾਟ ਤੱਕ ਹੈ ਜਾਂ 7 ਤੋਂ 20 ਕਿਲੋਵਾਟ ਤੱਕ ਹੈ ਤਾਂ ਉਹਨਾਂ ਦੇ ਲਈ ਜਾਣਕਾਰੀ ਹੈ ਕਿ ਉਹਨਾਂ ਦੇ ਲਈ 500 ਯੂਨਿਟ ਤੋਂ ਉੱਤੇ ਜਦੋਂ ਉਹ ਕੰਜ਼ਿਊਮ ਕਰਨਗੇ ਬਿਜਲੀ ਹਰ ਮਹੀਨੇ ਉਸ ਸਮੇਂ 45 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਉਹਨਾਂ ਤੋਂ ਐਕਸਟਰਾ ਚਾਰਜਸ ਲਏ ਜਾਣਗੇ ਯਾਨੀ ਕਿ ਉਹਨਾਂ ਦੇ ਲਈ 45 ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋਈ ਹੈ ਉਸ ਤੋਂ ਹੇਠਾਂ ਉਹਨਾਂ ਦੇ ਉੱਤੇ ਕੋਈ ਚਾਰਜ ਨਹੀਂ ਹੋਏਗਾ ਪਰ ਫਿਕਸ ਚਾਰਜਸ ਵਧਾਏ ਗਏ ਨੇ ਜਿਹੜੇ 0 ਤੋਂ 7 ਕਿਲੋਵਾਟ ਤੱਕ ਹੈਗੇ ਨੇ ਉਹ ਮੇਰੇ ਕੋਲ ਫਿਗਰ ਹੈ ਕਿ 25 ਰੁਪਏ ਪ੍ਰਤੀ ਕਿਲੋਵਾਟ ਵਧਾਏ ਗਏ ਨੇ ਜੇਕਰ ਤੁਸੀਂ ਕਿਸੇ ਬਿਜ਼ਨਸ ਦੇ ਤੌਰ ਦੇ ਉੱਤੇ ਇਹ ਕਨੈਕਸ਼ਨ ਲਿਆ ਕਿਸੇ ਦੁਕਾਨ ਦੇ ਵਿੱਚ ਇਹ ਕਨੈਕਸ਼ਨ ਲਿਆ ਹੈ ਬਿਜਲੀ ਦਾ ਔਰ ਤੁਹਾਡਾ 4 ਕਿਲੋਵਾਟ ਦਾ ਲੋਡ ਹੈ ਤਾਂ 500 ਯੂਨਿਟ ਤੱਕ ਤੁਸੀਂ ਬਿਜਲੀ ਕੰਜ਼ਿਊਮ ਕਰਦੇ ਹੋ ਤਾਂ ਤੁਹਾਡੇ ਉੱਤੇ ਸਿੱਧਾ ਅਸਰ ਕਿਹੜਾ ਪਏਗਾ 25 ਰੁਪਏ ਪ੍ਰਤੀ ਕਿਲੋਵਾਟ ਐਕਸਟਰਾ ਚਾਰਜ ਹੀ ਤੁਹਾਨੂੰ ਫਿਕਸ ਚਾਰਜਸ ਦੇਣੇ ਹੋਣਗੇ ਮਤਲਬ ਜੇ 4 ਕਿਲੋਵਾਟ ਤੱਕ ਦਾ ਤੁਹਾਡਾ ਲੋਡ ਹੈ ਤਾਂ 100 ਰੁਪਏ ਐਕਸਟਰਾ ਪਏਗਾ ਹੋਰ ਕੋਈ ਚਾਰਜਸ ਨਹੀਂ ਹੋਣਗੇ ਜਿਹੜੇ ਟੈਕਸ ਹੁੰਦੇ ਨੇ ਉਹ ਜ਼ਰੂਰ ਪੈਣਗੇ ਇਸੇ ਤਰੀਕੇ ਨਾਲ ਜਿਹੜੇ 0 ਤੋਂ 7 ਕਿਲੋਵਾਟ ਤੋਂ 20 ਕਿਲੋਵਾਟ ਤੱਕ ਨਾਲ ਰੈਜ਼ੀਡੈਂਸ਼ੀਅਲ ਸਪਲਾਈ ਹੈ ਉੱਥੇ ਵੀ ਸੇਮ ਹੈ ਉੱਥੇ 40 ਰੁਪਏ ਪ੍ਰਤੀ ਕਿਲੋਵਾਟ ਦਾ ਫਰਕ ਪਿਆ ਮਤਲਬ ਜੇਕਰ ਤੁਹਾਡਾ 10 ਕਿਲੋਵਾਟ ਦਾ ਕਨੈਕਸ਼ਨ ਹੈ ਤਾਂ ਫਿਰ 40 ਰੁਪਏ ਪ੍ਰਤੀ ਕਿਲੋਵਾਟ ਤੁਹਾਨੂੰ ਜ਼ਿਆਦਾ ਦੇਣੇ ਹੋਣਗੇ ਯਾਨੀ 400 ਰੁਪਏ ਤੁਹਾਨੂੰ ਜ਼ਿਆਦਾ ਦੇਣੇ ਹੋਣਗੇ ਪ੍ਰਤੀ ਕਿਲੋਵਾਟ ਜਿਹੜਾ ਸਪਲਾਈ ਦੇ ਬਾਕੀ 500 ਤੋਂ ਉੱਪਰ 45 ਪੈਸੇ ਹੋਣਗੇ ਮੈਂ ਇੱਕ ਹੋਰ ਚੀਜ਼ ਇੱਥੇ ਮੈਂਸ਼ਨ ਜ਼ਰੂਰ ਕਰਾਂਗਾ ਜਿਹੜੀ ਸਮਾਲ ਪਾਵਰ ਇੰਡਸਟਰੀ ਹੈ ਜਿਵੇਂ ਆਪਣੀਆਂ ਬਾਜ਼ਾਰਾਂ ਦੇ ਵਿੱਚ ਛੋਟੀ ਇੰਡਸਟਰੀ ਚੱਲ ਰਹੀ ਹੁੰਦੀ ਹੈ ਛੋਟੇ ਕਾਰਖਾਨੇ ਲਗਾਏ ਹੁੰਦੇ ਨੇ ਜਿਨ੍ਹਾਂ ਦੇ ਵਿੱਚ 20 ਕਿਲੋਵਾਟ ਤੋਂ ਹੇਠਾਂ ਵਾਲੇ ਜਿਨ੍ਹਾਂ ਨੇ ਇੰਡਸਟਰੀਅਲ ਦੇ ਲਈ ਸਪਲਾਈ ਕਰਵਾਈ ਹੁੰਦੀ ਹੈ ਅਪ ਟੂ 20 ਕਿਲੋਵਾਟ ਤੱਕ ਉਹਨਾਂ ਦੇ ਉੱਤੇ 30 ਪੈਸੇ ਪ੍ਰਤੀ ਕਿਲੋਵਾਟ ਦਾ ਅਸਰ ਪਏਗਾ ਮਾਫੀ ਚਾਹੂੰਗਾ ਪ੍ਰਤੀ ਯੂਨਿਟ ਦਾ ਫਰਕ ਪਏਗਾ ਯਾਨੀ ਕਿ ਸਮਾਲ ਪਾਵਰ ਇੰਡਸਟਰੀ ਮੈਂ ਫਰਜ਼ ਕਰਾਂ ਕਿ ਕਿਹਨਾਂ ਦਾ ਮੈਂ ਜ਼ਿਕਰ ਕਰ ਰਿਹਾ ਛੋਟੇ ਕਾਰਖਾਨੇ ਲੱਗੇ ਹੁੰਦੇ ਨੇ ਜਿਵੇਂ ਆਟਾ ਚੱਕੀਆਂ ਲੱਗੀਆਂ ਹੁੰਦੀਆਂ ਨੇ ਉਹ ਸਮਾਲ ਪਾਵਰ ਦੇ ਅੰਡਰ ਆਉਂਦੇ ਨੇ ਕਈ ਹੋਰ ਛੋਟੇ ਛੋਟੇ ਉਦਯੋਗ ਹੁੰਦੇ ਨੇ ਜਿਵੇਂ ਲੁਧਿਆਣਾ ਦੇ ਵਿੱਚ ਹੋਣਗੇ ਕੱਪੜੇ ਨੂੰ ਲੈ ਕੇ ਕਿਸ ਨੇ ਛੋਟੀ ਮਸ਼ੀਨਰੀ ਲਗਵਾਈ ਹੋਈ ਹੈ ਸਮਾਲ ਪਾਵਰ ਦਾ ਕਨੈਕਸ਼ਨ ਲਿਆ ਹੋਇਆ 20 ਕਿਲੋਵਾਟ ਤੱਕ ਦਾ ਤਾਂ ਉਹਨਾਂ ਦੇ ਉੱਤੇ 30 ਪੈਸੇ ਪ੍ਰਤੀ ਯੂਨਿਟ ਦਾ ਬੋਝ ਪਏਗਾ ਉਹਨਾਂ ਨੂੰ ਜ਼ਿਆਦਾ ਪੇ ਕਰਨੇ ਹੋਣਗੇ ਉਸ ਤੋਂ ਬਾਅਦ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਉਹਨਾਂ ਨੂੰ ਪ੍ਰਤੀ ਕਿਲੋਵਾਟ 20 ਰੁਪਏ ਫਿਕਸ ਚਾਰਜਸ ਵੀ ਜ਼ਿਆਦਾ ਦੇਣੇ ਹੋਣਗੇ ਜੇ ਕਿਸੇ ਦਾ 20 ਕਿਲੋਵਾਟ ਤੱਕ ਦਾ ਕਨੈਕਸ਼ਨ ਹੈ 20 ਦਾ ਮਤਲਬ ਹੋ ਗਿਆ ਕਰੀਬ-ਕਰੀਬ 400 ਰੁਪਏ ਤੁਹਾਨੂੰ ਐਕਸਟਰਾ ਦੇਣੇ ਹੋਣਗੇ ਜੇ ਤੁਸੀਂ ਫਿਕਸ ਚਾਰਜਸ ਦਾ ਜ਼ਿਕਰ ਕਰਦੇ ਹੋ ਇਸੇ ਤਰ੍ਹਾਂ ਮੀਡੀਅਮ ਸਪਲਾਈ ਜਿਹੜੀ ਹੁੰਦੀ ਹੈ ਥੋੜੀ ਵੱਡੀ ਇੰਡਸਟਰੀ ਹੈ 100 ਕਿਲੋਵਾਟ ਤੱਕ ਦਾ ਜਿਨ੍ਹਾਂ ਦੇ ਕੋਲ ਕਨੈਕਸ਼ਨ ਹੁੰਦਾ ਹੈ ਉਹਨਾਂ ਨੂੰ 40 ਪੈਸੇ ਪ੍ਰਤੀ ਯੂਨਿਟ ਫਾਲਤੂ ਦੇਣੇ ਹੋਣਗੇ ਤਾਂ ਇੰਡਸਟਰੀ ਹੋਰ ਅਸੀਂ ਅੱਗੇ-ਅੱਗੇ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਂਦੇ ਰਹਾਂਗੇ ਇੱਕ ਹੋਰ ਬਹੁਤ ਇੰਪੋਰਟੈਂਟ ਹੈ ਜਿਸ ਦਾ ਜ਼ਿਕਰ ਹੋਣਾ ਚਾਹੀਦਾ ਹੈ ਉਹ ਹੈਗਾ ਹੈ ਐਗਰੀਕਲਚਰ ਪੰਪ ਸੈੱਟ ਹਾਲਾਂਕਿ ਐਗਰੀਕਲਚਰ ਦੇ ਉੱਤੇ ਕੋਈ ਮੀਟਰ ਨਹੀਂ ਲੱਗੇ ਹੋਏ ਇਸ ਕਰਕੇ ਫ੍ਰੀ ਬਿਜਲੀ ਦਿੱਤੀ ਜਾਂਦੀ ਹੈ ਕਿਸਾਨਾਂ ਨੂੰ ਪਰ ਉੱਥੇ ਵੀ ਰੇਟ ਦੇ ਵਿੱਚ ਇਜ਼ਾਫਾ ਕੀਤਾ ਗਿਆ 91 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਕਰੀਬ-ਕਰੀਬ 1 ਰੁਪਿਆ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਜਿਹੜੇ ਖੇਤੀਬਾੜੀ ਦੇ ਲਈ ਬਿਜਲੀ ਯੂਜ਼ ਹੁੰਦੀ ਹੈ ਉਸ ਦੇ ਲਈ 91 ਪੈਸੇ ਪ੍ਰਤੀ ਯੂਨਿਟ ਦੇਣਾ ਹੋਏਗਾ ਔਰ ਦੂਜਾ ਪੁਆਇੰਟ ਇਹ ਹੈ ਕਿ ਹੁਣ ਗੱਲ ਹੈ ਕਿ ਉਹਨਾਂ ਨੂੰ ਤਾਂ ਮੀਟਰ ਲੱਗੇ ਨਹੀਂ ਹੋਏ ਪਰ ਇਸ ਦਾ ਅਸਰ ਜਾਂ ਬੋਝ ਸਰਕਾਰ ਦੇ ਉੱਤੇ ਸਬਸਿਡੀ ਦੇ ਰੂਪ ਦੇ ਵਿੱਚ ਪੈਂਦਾ ਹੈ ਇਹ ਆਪਾਂ ਨੂੰ ਸਮਝਣਾ ਹੋਏਗਾ ਕਿ ਜੇਕਰ ਮੌਜੂਦਾ ਸਮੇਂ ਦੇ ਵਿੱਚ ਸਰਕਾਰ 91 ਪੈਸੇ ਜ਼ਿਆਦਾ ਦੇਗੀ ਤਾਂ ਉਹ ਕਈ ਕਰੋੜਾਂ ਦੇ ਵਿੱਚ ਕਨਵਰਟ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਝੋਨੇ ਦਾ ਸੀਜ਼ਨ ਹੈ 15 ਜੂਨ ਦੇ ਆਸ-ਪਾਸ ਬੰਬੀਆਂ ਚੱਲਣਗੀਆਂ ਤਾਂ ਉੱਥੇ ਬਿੱਲ ਕਿਸੇ ਕੋਲ ਨਹੀਂ ਜਾਏਗਾ ਕਿਸੇ ਕਿਸਾਨ ਦੇ ਕੋਲ ਬਿੱਲ ਨਹੀਂ ਜਾਣਾ ਪਰ ਜਦੋਂ ਸਬਸਿਡੀ ਦਾ ਕਿਉਂਕਿ ਕਾਊਂਟ ਤਾਂ ਹੁੰਦਾ ਹੈ ਕਿ ਕਿਹੜੇ ਕਿਸਾਨ ਕੋਲ ਕਿਹੜੇ ਇਲਾਕੇ ਦੇ ਵਿੱਚ ਜਾਂ ਬੰਬੀਆਂ ਦੇ ਉੱਤੇ ਕਿੰਨੀ ਸਪਲਾਈ ਦਿੱਤੀ ਗਈ ਉੱਥੇ ਸਪੋਜ਼ ਕਰ ਲਓ ਕਿ 1 ਲੱਖ ਯੂਨਿਟ ਕੰਜ਼ਿਊਮ ਹੋ ਗਏ ਤਾਂ 91 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਜਿਹੜੀ ਸਰਕਾਰ ਨੂੰ ਸਬਸਿਡੀ ਜ਼ਿਆਦਾ ਦੇਣੀ ਹੋਏਗੀ ਇਸ ਐਗਰੀਕਲਚਰ ਪੰਪ ਸੈੱਟ ਦੇ ਲਈ ਤਾਂ ਉਸ ਵਾਲੇ ਪਾਸੇ ਵੀ ਸਬਸਿਡੀ ਦਾ ਪੈਸਾ ਜ਼ਿਆਦਾ ਜਾਏਗਾ ਪਰ ਗਰਮੀ ਦੇ ਸੀਜ਼ਨ ਦੇ ਵਿੱਚ ਜੇਕਰ ਤੁਹਾਡੇ ਘਰ 'ਚ 1 ਜਾਂ 2 ਏਸੀ ਹੈਗੇ ਨੇ ਤਾਂ ਉਮੀਦ ਹੈ ਕੀਤੀ ਜਾ ਸਕਦੀ ਹੈ ਕਿ 300 ਯੂਨਿਟ ਵਾਲਾ ਜਿਹੜਾ ਨੰਬਰ ਆ ਉਹ ਟੱਪੀ ਜਾਏਗਾ ਮੁਸ਼ਕਿਲ ਹੁੰਦਾ 300 ਯੂਨਿਟ ਤੱਕ ਬਚਾ ਕੇ ਰੱਖਣਾ ਜੇ ਤੁਹਾਡੇ ਘਰ ਦੇ ਵਿੱਚ 2 ਏਸੀ ਚੱਲ ਰਹੇ ਨੇ ਜਾਂ 1 ਏਸੀ ਚੱਲ ਰਿਹਾ ਹੈ ਤਾਂ ਫਿਰ ਬਹੁਤ ਮੁਸ਼ਕਿਲ ਹੁੰਦਾ ਕਿ ਇੰਨੀ ਜ਼ਬਰਦਸਤ ਗਰਮੀ ਦੇ ਵਿੱਚ ਆਪਾਂ 300 ਯੂਨਿਟ ਤੋਂ ਹੇਠਾਂ ਰੋਕ ਲਈਏ ਜੇ ਰੁਕ ਗਿਆ ਤਾਂ ਬੱਲੇ-ਬੱਲੇ ਨਹੀਂ ਤਾਂ ਫਿਰ ਤੁਹਾਨੂੰ ਬਿੱਲ ਪੂਰਾ ਵੀ ਦੇਣਾ ਹੋਏਗਾ ਮਹਿੰਗੀ ਬਿਜਲੀ ਵਾਲੇ ਰੇਟ ਦੇ ਹਿਸਾਬ ਦੇ ਨਾਲ ਦੇਣਾ ਹੋਏਗਾ।